ਆਪੋ ਕਸਮਰਸਰ ਤੋਂ ਅੱਜ ਕੋਡਮੀਤ ਸਿੰਘ ਦੇ ਵਿੱਚ ਜਿਹੜੀ ਇੱਕ ਵਾਰਦਾਤ ਹੋਈ ਗਈ ਸੀ ਸਾਡੇ ਨਾਲ SHO ਪਰਮੀਤ ਸਿੰਘ ਢਿੱਲੋਂ ਇਹ ਸਾਡੇ ਨਾਲ ਮੌਜੂਦ ਨੇ ਉਹ ਸਾਨੂੰ ਦੱਸਣ ਕਿ ਸਾਰਾ ਕੀ ਇਹਦਾ ਜਿਹੜਾ ਬੰਦਾ ਪਿਆ ਵੀ ਗਿਆ ਉਸ ਦੇ ਬਾਰੇ ਵੀ ਪੁੱਛਾਂਗੇ ਕੀ ਗੱਲ ਹੋਈ ਜਾਂ ਕੋਈ ਹੋਰ ਕੋਈ ਵਾਰਦਾਤ ਇਹਦੇ ਕੋਲ ਕੀ ਬਰਾਮਦ ਹੋਇਆ ਸਤਿ ਸ਼੍ਰੀ ਅਕਾਲ ਸਰ ਪਰਮੀਤ ਜੀ ਜਿਹੜੀ ਮੀਤ ਕੋਟ ਸਿੰਘ ਜਿਹੜੀ ਵਾਰਦਾਤ ਹੋਈ ਸੀ ਜਿਹੜਾ ਉਹਦੇ ਬਾਰੇ ਕੀ ਦੱਸੋਗੇ ਤੁਸੀਂ ਇਹ ਇਸ ਤਰ੍ਹਾਂ ਸੀ ਜੀ ਕਿ 10/9 ਨੂੰ ਵੀਰਵਾਰ ਦਾ ਦਿਨ ਸੀਗਾ ਸਵੇਰ ਦਾ ਟਾਈਮ ਸੀਗਾ ਕੋਈ 7:45 ਵਜੇ ਦਾ ਅਤੇ ਕੋਟਮੀਤ ਸਿੰਘ ਲੋਕੈਲਿਟੀ 'ਚ ਏਰੀਆ ਪੈਂਦਾ ਮਾਤਾ ਗੰਗਾ ਜੀ ਨਗਰ ਉੱਥੇ ਇੱਕ ਕਰਿਆਨੇ ਦੀ ਦੁਕਾਨ ਸੀ ਬਜ਼ੁਰਗ ਮਹਿਲਾ ਸੀ ਔਰ ਇਹ ਜਿਹੜੇ ਲੁਟੇਰੇ ਸੀਗੇ ਇਹ 2 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਇਹਨਾਂ ਨੇ ਮੂੰਹ ਬੰਨੇ ਹੋਏ ਸੀਗੇ 6 ਬੰਦੇ ਸੀ ਇਹਨਾਂ ਨੇ ਬਜ਼ੁਰਗ ਮਹਿਲਾ ਦੀ ਦੁਕਾਨ 'ਤੇ ਐਂਟਰ ਕਰਕੇ ਉਹਨੂੰ ਡਰਾ ਧਮਕਾ ਕੇ ਉਹਨਾਂ ਦੇ ਘਰ ਤੋਂ ਕੈਸ਼ ਔਰ ਉਹਨਾਂ ਦੇ 3-4 ਮੋਬਾਈਲ ਇਹਨਾਂ ਨੇ ਖੋਹ ਕੀਤੀ ਸੀ ਜਾਣ ਲੱਗੇ ਉੱਥੇ ਲੋਕ ਇਕੱਠੇ ਹੋ ਗਏ ਬਾਹਰ ਅਤੇ ਫਿਰ ਇਹਨਾਂ ਦੇ ਵਿੱਚੋਂ ਇੱਕ ਬੰਦੇ ਨੇ ਫਾਇਰ ਵੀ ਕੀਤਾ ਜੋ ਕਿ ਇੱਕ ਲੜਕਾ ਉਹਦੇ 'ਚ ਜ਼ਖਮੀ ਹੋ ਗਿਆ ਸੀ ਸੋ ਇਹ ਬੜਾ ਸੈਂਸੇਸ਼ਨਲ ਜਿਹਾ ਕੇਸ ਬਣ ਗਿਆ ਸੀ ਅਸੀਂ ਉਸੇ ਵੇਲੇ ਇੱਕ FIR ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਸੀ ਔਰ ਸਾਡੀ ਥਾਣੇ ਦੀ ਟੀਮ ਨੇ ਦਿਨ ਰਾਤ ਮਿਹਨਤ ਕਰਕੇ ਬੜੀ ਵਧੀਆ ਤਰ੍ਹਾਂ ਇਹ ਕੇਸ ਟਰੇਸ ਕੀਤਾ ਔਰ ਇਹਦੇ ਵਿੱਚ ਕੁੱਲ 6 ਦੇ ਦੋਸ਼ੀਆਂ ਦੇ ਵਿੱਚੋਂ 4 ਦੋਸ਼ੀ ਅਸੀਂ ਅਰੈਸਟ ਕੀਤੇ ਨੇ ਔਰ 5ਵਾਂ ਬੰਦਾ ਇਹਨਾਂ ਦੀ ਪੁੱਛਗਿੱਛ ਉਹ ਆਇਆ ਆ ਜਿਹੜਾ ਕਿ ਜਿਸਨੇ ਇਹ ਪਲਾਨ ਬਣਾਇਆ ਸੀਗਾ ਉਸ ਲੋਕੈਲਿਟੀ ਦਾ ਰਹਿਣ ਵਾਲਾ ਸੁਖਦੇਵ ਸਿੰਘ ਜਿਸਨੇ ਇਹਨਾਂ ਨੂੰ ਕਿਹਾ ਸੀ ਕਿ ਆਹ ਲੁੱਟ ਕਰੋ ਅਤੇ ਤੁਸੀਂ ਮੈਨੂੰ ਵੀ ਹਿੱਸਾ ਦੇ ਦਿਓ ਇਹਨਾਂ ਨੇ ਗ੍ਰਿਫਤਾਰ ਕੀਤੇ ਗਏ 4 ਵਿਅਕਤੀਆਂ ਦੇ ਵਿੱਚੋਂ 3 ਮਜੀਠੇ ਦੇ ਨੇ ਕਸਬੇ ਮਜੀਠੇ ਦੇ ਔਰ ਇੱਕ ਉਹਨਾਂ 'ਚੋਂ ਭਰਾੜੀਵਾਲ ਏਰੀਆ ਦਾ 2 ਬੰਦੇ ਜਿਹੜੇ ਗ੍ਰਿਫਤਾਰ ਕਰਨੇ ਨੇ ਇੱਕ ਬਿਆਸ ਦਾ ਦੌਲੇ ਨੰਗਲ ਪਿੰਡ ਦਾ PO ਹੈ ਗੁਰਦਿਆਲ ਸਿੰਘ ਅਲੀਅਸ ਗੋਛਾ ਜਿਹਨੇ ਗੋਲੀ ਚਲਾਈ ਸੀ ਉਹਦੇ ਕੋਲ ਪਿਸਟਲ ਵੀ ਰਿਕਵਰ ਕਰਨਾ ਔਰ ਇੱਕ ਦੋਸ਼ੀ ਜਿਹੜਾ ਅਰਸ਼ ਗੁਪਤਾ ਆ ਉਹ ਇੱਥੇ ਥਾਣੇ ਸੁਲਤਾਨਵਿੰਡ ਦੇ ਏਰੀਆ ਦਾ ਰਹਿਣ ਵਾਲਾ ਇਹ 2 ਦੋਸ਼ੀ ਅਸੀਂ ਗ੍ਰਿਫਤਾਰ ਕਰਨੇ ਆ ਅਤੇ ਬਾਕੀ 5 ਅਸੀਂ ਗ੍ਰਿਫਤਾਰ ਕਰ ਲਏ ਆ ਇਹਨਾਂ ਕੋਲ ਇਹਨਾਂ ਨੇ ਜਿਹੜੀ ਖੋਹ ਕੀਤੀ ਸੀ ਉਹਦੇ ਵਿੱਚੋਂ 2 ਅਸੀਂ ਮੋਬਾਈਲ ਰਿਕਵਰ ਕੀਤੇ ਆ ਇੱਕ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਔਰ 2 ਦਾਤਰ ਔਰ ਇੱਕ ਟੋਏ ਪਿਸਟਲ ਇਹਨਾਂ ਕੋਲ ਅਸੀਂ ਬਰਾਮਦ ਕੀਤਾ ਸਰ ਕੀ ਹੋਰ ਵੀ ਤੁਸੀਂ ਇਹਨਾਂ ਦੇ ਕੋਲ ਪੁੱਛਗਿੱਛ ਦੇ ਦੌਰਾਨ ਇਹਨਾਂ ਨੂੰ ਅੱਜ ਹੀ ਅਰੈਸਟ ਕੀਤਾ ਸੀ ਇਹਨਾਂ ਦੀ ਮੁੱਢਲੀ ਪੁੱਛਗਿੱਛ ਦੇ ਵਿੱਚ ਅਜੇ ਆਹੀ ਦੱਸਿਆ ਸਭ ਕੁਝ ਅਤੇ ਉਸ ਤੋਂ ਬਾਅਦ ਗਹਿਰਾਈ ਦੇ ਵਿੱਚ ਅਸੀਂ ਬਰੀਕੀ ਨਾਲ ਇਹਨਾਂ ਨੂੰ ਪੁੱਛਗਿੱਛ ਕਰਾਂਗੇ ਇਹਨਾਂ ਦਾ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਵਾਂਗੇ ਰਿਮਾਂਡ ਲੈਣ ਤੋਂ ਬਾਅਦ ਦੇਖੋ ਕੀ ਖੁਲਾਸੇ ਹੁੰਦੇ ਆ ਹੋਰ ਕੀ ਵਾਰਦਾਤਾਂ ਬਾਰੇ ਦੱਸਦੇ ਆ ਇਹਨਾਂ ਦਾ ਕੀ ਮੋਡਸ ਅਪਰੈਂਡੀ ਆ ਉਹ ਪਤਾ ਲੱਗੇਗਾ ਮਿਹਰਬਾਨੀ ਜੀ ਮਿਹਰਬਾਨੀ ਇਹ ਸਾਡੇ ਪਰਮੀਤ ਸਿੰਘ ਢਿੱਲੋਂ ਸਾਹਿਬ ਜਿਨ੍ਹਾਂ ਨੇ ਕਿ ਦੱਸਿਆ ਗਿਆ ਕਿ ਇੱਕ ਮੋਟਰਸਾਈਕਲ ਔਰ 2 ਮੋਬਾਈਲ ਜਿਹੜੇ ਕਿ ਮੀਤ ਕੋਟ ਸਿੰਘ ਦੇ ਵਿੱਚ ਕੱਲ੍ਹ ਵਾਰਦਾਤ ਹੋਈ ਸੀ ਅੱਜ ਬੰਦੇ ਫੜੇ ਵੀ ਗਏ ਪੁਲਿਸ ਬੜੀ ਤੇਜ਼ੀ ਦੇ ਨਾਲ ਆਪਣਾ ਕੰਮ ਕਰ ਰਹੀ ਆ ਸੋ ਸਲੂਟ ਇਹੋ ਜਿਹੇ ਪੰਜਾਬ ਪੁਲਿਸ ਦਾ ਕਿ ਜਿਹੜਾ ਆਪਣੀ ਬੜੀ ਤੇਜ਼ ਸਪੀਡ ਦੇ ਨਾਲ ਇਹੋ ਜਿਹਾ ਕੰਮ ਚੱਲ ਰਿਹਾ ਸੋ ਮੈਂ ਮਨਵੀਰ ਸਿੰਘ ਕੈਮਰਾਮੈਨ ਪਰਮੀਤ ਮੰਮੇ ਦੇ ਨਾਲ ਪੰਜਾਬ ਫੋਕਸ ਅੰਮ੍ਰਿਤਸਰ 9/2020 ਦੀ ਵਾਰਦਾਤ ਹੈ ਜੀ 6 ਲੜਕਿਆਂ ਨੇ 2 ਮੋਟਰਸਾਈਕਲ ਸਵਾਰ ਹੋ ਕੇ ਭਾਈ ਮੰਝ ਰੋਡ ਤੇ ਇੱਕ ਬਜ਼ੁਰਗ ਔਰਤ ਆ ਕਰਿਆਨੇ ਦੀ ਦੁਕਾਨ ਕਰਦੇ ਜਿੱਥੇ ਘਰ ਨਾਲ ਹੀ ਉਹਨਾਂ ਦਾ ਘਰ ਆ ਉੱਥੇ ਦੁਕਾਨ 'ਚ ਆ ਕੇ ਅਤੇ ਘਰ 'ਚੋਂ ਉਹਨਾਂ ਲੁੱਟ ਕੀਤੀ ਸੀ 4 ਮੋਬਾਈਲ ਅਤੇ 2 ਰੁਪਈਏ ਔਰ ਉੱਥੋਂ ਲੁੱਟ ਕਰਕੇ ਲੈ ਕੇ ਗਏ ਔਰ ਜਾਂਦੇ ਵਕਤ ਇੱਕ ਨੌਜਵਾਨ ਸੀ ਜਿਨ੍ਹਾਂ ਇਹਨਾਂ ਨੂੰ ਮਜਾਮਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਫਾਇਰ ਇਹਨਾਂ ਫਾਇਰ ਗੋਲੀ ਚਲਾਈ ਜੋ ਉਹਦੀ ਲੱਤ 'ਚ ਲੱਗੀ ਉਹਨਾਂ ਨਾਲ ਉਹ ਇੰਜਰਡ ਹੋ ਗਿਆ ਸੀ ਜਿਹੜਾ ਜ਼ੇਰੇ ਇਲਾਜ ਹੈ ਇੱਥੇ ਇੰਸਪੈਕਟਰ SHO ਥਾਣਾ ਸੁਲਤਾਨਵਿੰਡ ਨੇ ਪਰਚਾ ਦਰਜ ਕਰਕੇ ਤਫਤੀਸ਼ ਅਮਲ 'ਚ ਲਿਆਂਦੀ ਸੀ ਜੋ ਮਾਨਯੋਗ ਕਮਿਸ਼ਨਰ ਸਾਹਿਬ ਡਿਸਟ੍ਰਿਕਟ ਸਿਟੀ 1 ਸਾਹਿਬ ਉਹਨੇ ਦਿਸ਼ਾ ਨਿਰਦੇਸ਼ ਦੇ ਇਹਨਾਂ ਨੇ ਕਾਫੀ ਮਿਹਨਤ ਮਸ਼ੱਕਤ 'ਤੇ ਇਹਨਾਂ ਨੇ ਜਿਹਨਾਂ ਜੋ 4 ਨੌਜਵਾਨ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਔਰ ਇੱਕ 5ਵਾਂ ਮੁੰਡਾ ਸੁਖਦੇਵ ਸਿੰਘ ਆ ਜਿਹਨੇ ਇਸ ਵਾਰਦਾਤ ਨੂੰ ਦੱਸਣ ਬਾਰੇ ਵੀ ਇਹਨਾਂ ਕੋਲ ਪੈਸੇ ਹੋ ਸਕਦੇ ਨੇ ਪਰਿਵਾਰ ਕੋਲ ਅਤੇ ਉਹਦੇ ਕਹਿਣ 'ਤੇ ਇਹਨਾਂ ਨੇ 6 ਜਣਿਆਂ ਨੇ ਇੱਥੇ ਵਾਰਦਾਤ ਕੀਤੀ ਸੀ ਇਹ 'ਚੋਂ 4 ਜਿਹੜੇ ਵਾਰਦਾਤ ਕਰਨ ਵਾਲੇ ਗ੍ਰਿਫਤਾਰ ਕੀਤੇ ਗਏ 2 ਇਹਨਾਂ ਦੇ ਸਾਥੀ ਆ ਇੱਕ ਗੋਛਾ ਪਿੰਡ ਦੌਲੋ ਨੰਗਲ ਥਾਣਾ ਬਿਆਸ ਇੱਕ ਮੁੰਡਾ ਅਰਸ਼ ਗੁਪਤਾ ਹੈ ਥਾਣਾ ਸੁਲਤਾਨਵਿੰਡ ਦੇ ਏਰੀਏ ਦਾ ਰਹਿਣ ਵਾਲਾ ਉਹ ਗ੍ਰਿਫਤਾਰ ਕਰਨੇ ਬਾਕੀ ਉਹਨੂੰ ਛੇਤੀ ਗ੍ਰਿਫਤਾਰ ਕੀਤਾ ਜਾਏਗਾ ਪਰ ਇਹਨਾਂ ਕੋਲੋਂ 2 ਮੋਬਾਈਲ 2 ਦਾਤਰ ਇੱਕ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਅਤੇ ਇੱਕ ਖਿਡੌਣਾ ਪਿਸਟਲ ਜਿਹੜਾ ਇਹਨਾਂ ਕੋਲ ਰਿਕਵਰ ਕੀਤਾ ਗਿਆ ਤਫਤੀਸ਼ ਚੱਲ ਰਹੀ ਹੈ ਅਤੇ ਜਿਹੜਾ ਮੁੰਡਾ ਗੋਛਾ ਵਾ ਉਹ 'ਤੇ ਪਤਾ ਲੱਗਾ PO ਆ ਪਹਿਲਾਂ ਵੀ ਕਈ ਮੁਕਦਮਿਆਂ 'ਚ ਅਤੇ ਬਾਕੀ ਉਹਨੂੰ ਗ੍ਰਿਫਤਾਰ ਕੀਤਾ ਛੇਤੀ ਕਰਕੇ ਅਤੇ ਉਹ ਤੋਂ ਹੋਰ ਵੀ ਖੁਲਾਸੇ ਹੋਣਗੇ ਬਿਲਕੁਲ ਜੀ ਉਹੀ 2 ਫੋਨ ਨੇ ਜਿਹੜੇ ਖੋਜ ਵਰਤੇ ਗਏ ਖੋਹ ਕੀਤੇ ਗਏ ਇਹ 10 ਤਰੀਕ ਦਾ ਵਾਕਿਆ ਜੀ ਅਤੇ ਅੱਜ ਤਰੀਕ ਹੋਈ ਆਪਣੀ 18 ਤਰੀਕ ਹੋਈ ਹਫ਼ਤੇ ਦੇ ਵਿੱਚ ਸਾਰੀ ਗ੍ਰਿਫਤਾਰ ਕਰ ਲਏ ਜੀ ਹਫ਼ਤਾ ਦੇ ਜੀ